ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਸੁਖਦੇਵ ਸਿੰਘ ਜੀ ਜੋ ਆਜ਼ਾਦ ਉਮੀਦਵਾਰ ਜਿਨ੍ਹਾਂ ਦਾ ਚੋਣ ਨਿਸ਼ਾਨ ਹਾਕੀ ਗੋਲਾ, 19 ਮਈ ਨੂੰ ਹੋਣ ਜਾ ਰਹੀਆਂ ਚੋਣਾਂ ਦੇ ਉਮੀਦਵਾਰ ਨਾਲ ਮੁਲਾਕਾਤ ਕਰਵਾ ਰਹੇ ਹਾਂ। ਜਿੰਨੀਆਂ ਵੀ ਅੱਗੇ ਪਾਰਟੀਆਂ ਆਈਆਂ ਆ ਉਹਨਾਂ ਨੇ ਬੇਰੁਜ਼ਗਾਰੀ ਦੇ ਮੁੱਦੇ 'ਤੇ, ਨੌਜਵਾਨਾਂ ਦੇ ਨੌਕਰੀਆਂ ਦੇਣ ਦੇ ਵਾਅਦੇ 'ਤੇ ਜੋ ਵੀ ਵਾਅਦੇ ਕੀਤੇ ਆ ਉਹਨਾਂ 'ਤੇ ਖਰੇ ਨਹੀਂ ਉਤਰੇ। ਇਹਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਜਿੰਨੀਆਂ ਵੀ ਪਾਰਟੀਆਂ ਅੱਗੇ ਆਈਆਂ ਉਹ ਵਾਅਦੇ ਤਾਂ ਜ਼ਰੂਰ ਕਰਦੇ ਨੇ, ਪਰ ਜਿਹੜਾ ਜਿਹੜਾ ਰੁਜ਼ਗਾਰ ਹੈ ਉਹਦਾ ਸੰਬੰਧ ਵਪਾਰ ਦੇ ਨਾਲ ਹੈ। ਜਿੰਨਾ ਚਿਰ ਤੱਕ ਦੇਸ਼ ਦੇ ਵਿੱਚ ਵਪਾਰ ਜਿਹੜਾ ਚੇਂਜ ਨਹੀਂ ਹੋਏਗਾ ਜਾਂ ਬਿਜ਼ਨਸ ਮਾਡਲ ਚੇਂਜ ਨਹੀਂ ਹੋਏਗਾ, ਉਨਾ ਚਿਰ ਤੱਕ ਕਿਸੇ ਨੂੰ ਵੀ ਮਤਲਬ ਰੁਜ਼ਗਾਰ ਨਹੀਂ ਮਿਲ ਸਕਦਾ। ਜਿੰਨੀਆਂ ਜ਼ਿਆਦਾ ਇੰਡਸਟਰੀ ਲੱਗੇਗੀ ਜਾਂ ਨਵਾਂ ਆਪਣੇ ਬੈਂਕਾਂ ਖੁੱਲ੍ਹਣਗੀਆਂ ਜਾਂ ਨਵੇਂ ਸਟੋਰ ਖੁੱਲ੍ਹਣਗੇ, ਉਹ ਉਸ ਤਰੀਕੇ ਨਾਲ ਜਿਹੜਾ ਵੱਧ ਤੋਂ ਵੱਧ ਰੁਜ਼ਗਾਰ ਦਿੱਤਾ ਜਾ ਸਕਦਾ ਆ। ਅਤੇ ਸਾਡੇ ਦੇਸ਼ ਵਿੱਚ ਇਸ ਚੀਜ਼ ਦੀ ਜਿਹੜੀ ਜ਼ਿਆਦਾ ਕਮੀ ਪਾਈ ਜਾ ਰਹੀ ਹੈ ਕਿ ਕੋਈ ਵੀ ਜਿਹੜਾ ਬਿਜ਼ਨਸ ਮਾਡਲ ਆ ਉਹ ਚੇਂਜ ਨਹੀਂ ਹੋ ਰਿਹਾ। ਜਿਸ ਤਰ੍ਹਾਂ ਪਿਛਲੇ 2 ਸਾਲ ਪਹਿਲਾਂ ਜੋ FDI ਪਹਿਲਾਂ 49 ਤੋਂ 51% ਸੀ ਅਤੇ ਉਹਨੂੰ ਵਧਾ ਕੇ 100% ਦਾ ਕੀਤਾ ਗਿਆ ਤਾਂ ਕਿ ਬਾਹਰਲੀਆਂ ਕੰਪਨੀਆਂ ਇੱਥੇ ਆਉਣਗੀਆਂ ਔਰ ਉਹ ਮਤਲਬ ਆਪਣੇ ਸਟੋਰ ਖੋਲ੍ਹਣਗੇ ਜਾਂ ਨਵੀਆਂ ਬੈਂਕਾਂ ਸ਼ੁਰੂ ਕਰਨਗੀਆਂ ਜਾਂ ਨਵੇਂ ਹੋਰ ਕੋਈ ਕੰਮ ਸ਼ੁਰੂ ਕਰਨਗੇ, ਉਹਦੇ ਨਾਲ ਸਾਨੂੰ ਜ਼ਿਆਦਾ ਰੁਜ਼ਗਾਰ ਮਿਲਣ ਦਾ ਚਾਂਸ ਸੀ। ਲੇਕਿਨ ਉਹਦੇ ਵਿੱਚ ਜੋ ਪਹਿਲੀ ਸਰਕਾਰ ਆ BJP ਸਰਕਾਰ, ਉਹਨਾਂ ਨੇ 100% ਜੋ FDI ਕੀਤੀ ਹੈ, ਵੈਸੇ ਸਭ ਦੇਸ਼ਾਂ ਵਿੱਚ ਲਿਬਰਲਾਈਜੇਸ਼ਨ ਚੱਲ ਰਹੀ ਹੈ। ਲਿਬਰਲਾਈਜੇਸ਼ਨ ਦਾ ਮਤਲਬ ਸੀਗਾ ਬਈ 50-50, ਮਤਲਬ ਅੱਧੇ ਮਾਲਕ ਬਾਹਰ ਵਾਲੇ ਅੱਧੇ ਮਾਲਕ ਸਾਡੇ ਦੇਸ਼ ਵਾਲੇ। 100% ਜਿਹੜੀ FDI ਆ ਉਹਦਾ ਮਤਲਬ ਸੀ ਪੂੰਜੀਪਤੀ, ਵੀ ਇੱਕ ਪੂੰਜੀਪਤੀ ਖੁਦ ਇਕੱਲਾ ਹੀ ਉਸਦਾ ਮਾਲਕ ਹੋ ਸਕਦਾ ਸੀ। ਇਹ ਸਾਰੀਆਂ ਚੀਜ਼ਾਂ ਇਹਨਾਂ ਨੇ ਪੂੰਜੀਪਤੀਆਂ ਦੇ ਹੱਥ ਵਿੱਚ ਦੇ ਦਿੱਤੀਆਂ ਔਰ ਪੂੰਜੀਪਤੀ ਦੇ ਨਾਲ ਇਹ ਵਾਅਦਾ ਕੀਤਾ ਗਿਆ, ਉਹਦੇ ਵਿੱਚ ਇੱਕ ਸ਼ਰਤ ਰੱਖੀ ਗਈ ਆ ਕਿ 30% ਜਿਹੜਾ ਸਮਾਨ ਆ ਉਹ ਇੰਡੀਆ ਦੇ ਮੈਨੂਫੈਕਚਰ ਤੋਂ ਖਰੀਦਿਆ ਜਾਵੇਗਾ, ਬਾਕੀ ਦਾ 70% ਜਿਹੜਾ ਸਮਾਨ ਹੈ ਉਹ ਉਹ ਕਿਸੇ ਮਤਲਬ ਚਾਈਨਾ ਤੋਂ ਲਿਆ ਕੇ ਵੇਚਣ, ਚਾਹੇ ਅਮੈਰੀਕਾ ਤੋਂ ਲਿਆ ਕੇ ਵੇਚਣ, ਚਾਹੇ ਯੂਰਪ ਤੋਂ ਲਿਆ ਕੇ ਵੇਚਣ, ਅਤੇ ਇੱਕ ਉਹ ਕਿਤੇ ਵੀ ਲਿਆ ਕੇ ਵੇਚਣ, ਇਹ ਉਸ ਉਹਨਾਂ ਦੀ ਆਪਣੀ ਮਰਜ਼ੀ ਹੈ ਕਿਉਂਕਿ ਉਹ ਖੁਦ ਇਕੱਲਾ ਆਦਮੀ ਉਸਦਾ ਮਾਲਕ ਹੁੰਦਾ ਹੈ। 100% FDI ਦਾ ਮਤਲਬ ਇਹ ਆ। ਅਤੇ ਉਹਦੇ ਨਾਲ ਜਿਹੜੇ ਆਪਣੇ ਦੇਸ਼ ਦੇ ਵਿੱਚ ਦੂਸਰੇ ਪਾਸੇ ਇਹ ਪਾਰਟੀਆਂ ਦੇ ਆਪਣੇ ਹੀ ਨੁਮਾਇੰਦੇ ਕਹਿ ਰਹੇ ਨੇ ਕਿ ਸਵਦੇਸ਼ੀਆਂ ਤੋਂ ਬਚੋ, ਦੂਜੇ ਪਾਸੇ ਕਹਿ ਰਹੇ ਨੇ ਸਵਦੇਸ਼ੀਆਂ ਤੋਂ ਬਚੋ, ਉਹਨਾਂ ਦਾ ਮਾਲ ਨਾ ਖਰੀਦੋ। ਅਤੇ ਇੱਕ ਪਾਸੇ ਇਹਨਾਂ ਨੇ 100% FDI ਕਰਕੇ ਉਹਨਾਂ ਨੂੰ ਨਿਯੋਤਾ ਵੀ ਦਿੱਤਾ ਹੈ, ਪਰ ਬਾਹਰ ਵਾਲੀ ਕੋਈ ਵੀ ਕੰਪਨੀ ਇੱਥੇ ਆਈ ਨਹੀਂ ਹਾਲੇ। ਉਹਦੇ ਨਾ ਆਉਣ ਦਾ ਜਿਹੜਾ ਅਸਲੀ ਕਾਰਨ ਆ ਉਹਦੇ ਵਿੱਚ ਕਿਹੜੀਆਂ ਇਹੋ ਜਿਹੀਆਂ ਹੋਰ ਸ਼ਰਤਾਂ ਰੱਖੀਆਂ ਗਈਆਂ ਨੇ ਉਹ ਸਾਨੂੰ BJP ਸਰਕਾਰ ਦੱਸ ਸਕਦੀ ਸੀ, ਤਾਂ ਇਹਨਾਂ ਨੇ ਲੋਕਾਂ ਨੂੰ ਦੱਸਿਆ ਨਹੀਂ। 100% FDI ਹੋਣ ਦੇ ਬਾਵਜੂਦ ਵੀ ਕੋਈ ਵੀ ਬਾਹਰਲੀ ਕੰਪਨੀ ਸਾਡੇ ਦੇਸ਼ ਵਿੱਚ ਨਹੀਂ ਆਈ। ਜਿੱਦਾਂ ਕਿ ਤੁਹਾਨੂੰ ਲੱਗਦਾ ਹੈ ਵੀ BJP ਸਰਕਾਰ ਨੇ 2 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀਗਾ, ਕੀ ਉਹ ਨੌਕਰੀਆਂ ਦਿੱਤੀਆਂ ਗਈਆਂ? ਦੇਖੋ, ਵਾਅਦਾ ਤਾਂ ਉਹਨਾਂ ਨੇ ਕੀਤਾ ਸੀ, ਪਰ ਜਦੋਂ ਨੋਟਬੰਦੀ ਹੋਈ ਆ
ਉਸ ਵੇਲੇ 51 ਲੱਖ ਲੋਕਾਂ ਦੀ ਨੌਕਰੀ ਹੋਰ ਚਲੀ ਗਈ, ਉਹਨਾਂ ਨੂੰ ਆਪਣੇ ਨੌਕਰੀਆਂ ਦੇ ਹੱਥ ਧੋਣੇ ਪਏ ਅਤੇ ਉਹ ਵਾਅਦਾ ਜਿਹੜਾ ਸੀ ਉਹ ਪੂਰਾ ਨਹੀਂ ਕਰ ਸਕੇ। ਇਸ ਦਾ ਹੁਣ ਸਹੀ ਉੱਤਰ ਜਿਹੜਾ ਉਹ BJP ਸਰਕਾਰ ਦੇ ਸਕਦੀ ਹੈ ਕਿ ਇਹ ਜਿਹੜਾ ਵਾਅਦਾ ਪੂਰਾ ਕਿਉਂ ਨਹੀਂ ਕਰ ਸਕੇ। ਔਰ ਮੇਰਾ ਮੰਨਣਾ ਇਹ ਆ ਕਿ ਅਗਰ ਸਾਡੇ ਦੇਸ਼ ਵਿੱਚ ਬਿਜ਼ਨਸ ਮਾਡਲ ਚੇਂਜ ਹੋ ਜਾਵੇ ਤਾਂ ਫਿਰ ਜਿਹੜੀਆਂ ਨੌਕਰੀਆਂ ਆ ਉਹ ਲੱਖਾਂ ਦੇ ਹਿਸਾਬ ਨਾਲ ਨਿਕਲ ਸਕਦੀਆਂ। ਸਾਡੇ ਦੇਸ਼ ਦੀ ਸਭ ਤੋਂ ਜਿਹੜੀ ਵੱਡੀ ਰੁਕਾਵਟ ਹੈ ਇਸ ਵੇਲੇ ਉਹ ਹੈਗੀ ਆ ਵਪਾਰ ਦਾ ਜਿਹੜਾ ਢਾਂਚਾ ਆ ਉਹ ਚੇਂਜ ਹੋਣ ਵਾਲਾ ਆ। ਜਿੰਨਾ ਚਿਰ ਤੱਕ ਸਰਕਾਰ ਇਹਨੂੰ ਚੇਂਜ ਨਹੀਂ ਕਰੂਗੀ ਚਾਹੇ ਜਿੰਨੀਆਂ ਮਰਜ਼ੀ ਸਰਕਾਰਾਂ ਆਈ ਜਾਣ ਜਾਈ ਜਾਣ ਰੋਜ਼ਗਾਰ ਨਹੀਂ ਨਿਕਲ ਸਕਦਾ। ਜਿਹੜੀ 100% FDI ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੇਰਾ ਮੰਨਣਾ ਇਹ ਹੈ ਕਿ ਜਿਸ ਤਰ੍ਹਾਂ 100% FDI ਦੇ ਵਿੱਚ ਪੂੰਜੀਪਤੀਆਂ ਨੂੰ ਜਾਂ ਮੈਨੂਫੈਕਚਰ ਨੂੰ ਪਹਿਲ ਦਿੱਤੀ ਗਈ ਹੈ ਅਤੇ ਮੈਂ ਚਾਹੁੰਦਾ ਹਾਂ ਜਿੰਨੇ ਵੀ ਕੰਮ ਕਰਨ ਵਾਲੇ ਨੇ ਚਾਹੇ ਉਹ ਪ੍ਰਾਈਵੇਟ ਸੈਕਟਰ 'ਚ ਨੌਕਰੀ ਆਉਂਦੀ ਹੈ ਜਾਂ ਉਹ ਲੇਬਰ ਦਾ ਕੰਮ ਕਰਨ ਵਾਲੇ ਨੇ ਉਹਨਾਂ ਲਈ ਵੀ ਇਹਦੇ ਵਿੱਚ ਇਹ ਕਾਨੂੰਨ ਬਣਨਾ ਚਾਹੀਦਾ ਸੀ ਕਿ ਜਿਹੜਾ ਵੀ ਬਾਹਰੋਂ ਕੰਪਨੀਆਂ ਆਉਂਦੀਆਂ ਜਾਂ ਸਾਡੇ ਦੇਸ਼ ਦੀਆਂ ਕੰਪਨੀਆਂ ਆਉਂਦੀਆਂ ਉਹਨਾਂ ਦੇ ਵਿੱਚ ਘੱਟ ਤੋਂ ਘੱਟ ਜਿਹੜੀ ਤਨਖਾਹ ਆ ਉਹ 15,000 ਫਿਕਸ ਕੀਤੀ ਜਾਵੇ। ਜੋ ਵੀ ਪ੍ਰਾਈਵੇਟ ਸੈਕਟਰ ਵਿੱਚ ਸਾਡੇ ਪੜ੍ਹੇ ਲਿਖੇ ਨੌਜਵਾਨ ਨੌਕਰੀ ਕਰਨ ਉਹਨਾਂ ਦੀ ਤਨਖਾਹ ਨੂੰ ਫਿਕਸ ਕੀਤਾ ਜਾਵੇ, ਸਰਕਾਰੀ ਤੌਰ 'ਤੇ ਇਹਦੇ 'ਤੇ ਕਾਨੂੰਨ ਬਣਾਇਆ ਜਾਵੇ। ਅਤੇ ਉਹ ਦੂਸਰੇ ਪਾਸੇ ਜਿਹੜੀ ਲੇਬਰ ਆ ਉਹਨਾਂ ਦੀ ਕੀਮਤ ਵੀ ਪਹਿਲਾਂ ਨਾਲੋਂ ਵਧਾਈ ਜਾਵੇ, ਉਹਨੂੰ ਵੀ ਆਪਣੇ ਕਾਨੂੰਨ ਦੇ ਦਾਇਰੇ ਦੇ ਅੰਦਰ ਲਿਆ ਜਾਵੇ। ਇਹਨਾਂ ਚੀਜ਼ਾਂ ਦੇ ਨਾਲ ਹੀ ਅਸੀਂ ਜਿਹੜੇ ਸਾਡੀ ਲੇਬਰ ਆ ਜਾਂ ਸਾਡੇ ਦੇਸ਼ ਦੇ ਅੱਜ ਦੇ ਪੜ੍ਹੇ ਲਿਖੇ ਨੌਜਵਾਨ ਆ ਉਹ ਜਿਸ ਤਰ੍ਹਾਂ ਪਹਿਲਾਂ ਵੀ ਇੱਕ ਗਰੀਬੀ ਹਟਾਓ ਅਤੇ ਗਰੀਬੀ ਮਿਟਾਓ ਸਾਰੀਆਂ ਸਰਕਾਰਾਂ ਨੇ ਨਾਰਾ ਲਾਇਆ ਸੀ, ਪਹਿਲਾਂ ਤਾਂ ਮਤਲਬ ਇਹ ਸੁਣਦੇ ਆ ਰਿਹਾ ਸੀ। ਅੱਜ ਤੋਂ ਮੈਂ 35 ਸਾਲ ਪਹਿਲਾਂ ਜਦ ਪੜ੍ਹਦਾ ਸੀ ਮੈਂ ਵੀ ਇਹ ਚੀਜ਼ਾਂ ਸੁਣੀਆਂ ਸੀ। ਗਰੀਬੀ ਹਟਾਓ ਦਾ ਮਤਲਬ ਸੀ ਵੀ ਜਦੋਂ ਤੱਕ ਗਰੀਬ ਦੀ ਜੇਬ ਵਿੱਚ ਪੈਸਾ ਨਹੀਂ ਆਊਗਾ ਉਨਾ ਚਿਰ ਤੱਕ ਗਰੀਬੀ ਨਹੀਂ ਹਟ ਸਕਦੀ। ਗਰੀਬ ਦੀ ਜੇਬ ਵਿੱਚ ਪੈਸਾ ਕਿੱਦਾਂ ਆਊਗਾ? ਜਦੋਂ ਉਹਦੀ ਤਨਖਾਹ ਵਧੂਗੀ। ਤਨਖਾਹ ਕਿੱਦਾਂ ਵਧੂਗੀ? ਜੇ ਸਰਕਾਰ ਉਹਦੇ ਉੱਤੇ ਕੋਈ ਕਾਨੂੰਨ ਬਣਾਊਗੀ। ਜੇ ਸੋ ਮੈਂ ਇਹ ਚਾਹੁੰਦਾ ਹਾਂ ਕਿ ਸਰਕਾਰ ਜਿਹੜੀ ਆ ਉਹ ਕੋਈ ਵੀ ਆਵੇ ਸੈਂਟਰ ਦੇ ਵਿੱਚ ਉਹ ਮਤਲਬ ਗਰੀਬ ਲੋਕਾਂ ਦੇ ਲਈ ਇਹਨੂੰ ਇੱਕ ਨਿਸ਼ਚਿਤ ਰੂਪ ਵਿੱਚ ਬਣਾ ਦੇਵੇ ਕਾਨੂੰਨ। ਔਰ ਜਿੱਦਾਂ ਵੱਡੇ ਸ਼ਹਿਰ ਰੱਖ ਲਓ ਬੰਬੇ ਦਿੱਲੀ ਆਪਣੇ ਹੋਰ ਜਿੰਨੇ ਕਲਕੱਤਾ ਜੈਸੇ ਵੱਡੇ ਸ਼ਹਿਰਾਂ ਦੇ ਵਿੱਚ ਘੱਟ ਤੋਂ ਘੱਟ ਜਿਹੜੀ ਸੈਲਰੀ 25,000 ਤੱਕ ਨਿਸ਼ਚਿਤ ਕਰ ਦੇਣ ਔਰ ਜਿੰਨੇ ਛੋਟੇ ਸ਼ਹਿਰ ਆ ਉਹਨਾਂ ਦੀ 20,000 ਨਿਸ਼ਚਿਤ ਕਰ ਦੇਣ। ਜਿੰਨੇ ਜਿੱਦਾਂ ਪਿੰਡਾਂ ਵਿੱਚ ਆ ਜਾਂ ਹੋਰ ਇੱਦਾਂ ਦੇ ਛੋਟੇ ਅਦਾਰੇ ਜਾਂ ਛੋਟੇ ਸ਼ਹਿਰ ਆ ਉਹਨਾਂ ਵਿੱਚ ਘੱਟ ਤੋਂ ਘੱਟ ਪੜ੍ਹੇ ਲਿਖੇ ਬੱਚੇ ਨੂੰ 15,000 ਦੀ ਨੌਕਰੀ ਦੀ ਤਨਖਾਹ ਨੂੰ ਫਿਕਸ ਕਰ ਦੇਣ। ਗਰੀਬ ਦੀ ਜੇਬ ਵਿੱਚ ਪੈਸਾ ਆਏਗਾ ਤਾਂ ਹੀ ਜਿਹੜੇ ਇਹਨਾਂ ਦੇ ਨਾਅਰੇ ਲਾਉਂਦੇ ਆ ਕਿ ਗਰੀਬੀ ਹਟਾਓ ਦਾ ਜਿਹੜਾ ਨਾਰਾ ਆ ਉਹ ਪੂਰਾ ਹੋ ਸਕਦਾ, ਫਿਰ ਗਰੀਬੀ ਹਟ ਸਕਦੀ ਹੈ। ਜੇ ਬਾਕੀ ਗਰੀਬ ਦੀ ਜੇਬ ਵਿੱਚ ਪੈਸਾ ਨਹੀਂ ਆਊਗਾ ਫਿਰ ਗਰੀਬੀ ਹਟਣ ਦਾ ਜਿਹੜਾ ਨਾਰੇ ਦਾ ਨਾਰਾ ਰਹਿ ਜਾਊਗਾ ਅਤੇ ਗਰੀਬੀ ਨਹੀਂ ਹਟ ਸਕਦੀ। ਜ਼ਿਲ੍ਹਾ ਜਲੰਧਰ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਬਹੁਤ ਜ਼ਿਆਦਾ ਵੱਧ ਰਹੀ ਹੈ, ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਜੀ? ਦੇਖੋ ਟ੍ਰੈਫਿਕ ਦਾ ਜਿਹੜਾ ਮੇਨ ਮੁੱਦਾ ਹੈ ਉਹਦਾ ਸੰਬੰਧ ਹੁੰਦਾ ਹੈ ਰੋਡ ਦੇ ਨਾਲ। ਸਾਡੇ ਕੋਲ ਜਿੱਦਾਂ ਜਿੱਦਾਂ ਫਲੋਰ ਦਾ ਪੁਲ ਲੈ ਲਓ, ਸਤਲੁਜ ਦਰਿਆ ਦੇ ਉੱਪਰ ਫਲੋਰ ਤੋਂ ਲੁਧਿਆਣਾ ਨੂੰ ਇੱਕ ਪੁਲ ਬਣਿਆ ਹੋਇਆ। ਜੇ ਅਸੀਂ ਉੱਧਰ ਰਾਈਟ ਸਾਈਡ ਤਲਵਣ ਦੀ ਤਰਫ ਜਾਂਦੇ ਹਾਂ 10 ਕਿਲੋਮੀਟਰ ਤੱਕ 15 ਕਿਲੋਮੀਟਰ ਤੱਕ ਕੋਈ ਵੀ ਪੁਲ ਨਹੀਂ ਹੈਗਾ। ਮੈਂ ਚਾਹੁੰਦਾ ਕਿ ਤਲਵਣ ਤੋਂ ਜਿਹੜਾ ਸਤਲੁਜ ਦਰਿਆ ਹੈ ਉਹਦੇ ਦੂਸਰੇ ਪਾਸੇ ਨੂੰ ਇੱਕ ਪੁਲ ਬਣਾਇਆ ਜਾਵੇ। ਅਤੇ ਜੇ ਆਪਾਂ ਫਲੋਰ ਤੋਂ ਰਾਹੋਂ ਨੂੰ ਜਾਂਦੇ ਹਾਂ
ਉਹ 45 ਕਿਲੋਮੀਟਰ 'ਤੇ ਜਾ ਕੇ ਦੂਸਰਾ ਪੁਲ ਆਉਂਦਾ ਹੈ। ਅਤੇ ਮੈਂ ਚਾਹੁੰਦਾ ਹਾਂ ਕਿ ਉੱਥੇ ਸਾਨੂੰ ਘੱਟ ਤੋਂ ਘੱਟ ਵੈਸੇ 3 ਪੁਲਾਂ ਦੀ ਜ਼ਰੂਰਤ ਹੈ। ਹਰ ਪੁਲ ਜਿਹੜਾ ਸਤਲੁਜ ਦਰਿਆ ਦੇ ਉੱਤੇ 10-10 ਕਿਲੋਮੀਟਰ ਦੇ ਉੱਤੇ ਬਣੇ, ਲੇਕਿਨ ਫਿਰ ਵੀ ਉਹਦੇ ਵਿੱਚ 20 ਕਿਲੋਮੀਟਰ 'ਤੇ ਜਾ ਕੇ ਹੁਣ ਵੀ ਸਰਕਾਰ ਇੱਕ ਪੁਲ ਜਿਹੜਾ ਉਹਦੇ ਉੱਤੇ ਬਣਾ ਸਕਦੀ ਹੈ। ਅਤੇ ਫਿਰ ਮੈਂ ਕੱਲ੍ਹ ਬੇਈ ਜਾ ਰਹੇ ਸੀ, ਇਹਦੇ ਪਰ ਜਲੰਧਰ ਜਾ ਰਹੇ, ਬੇਈ ਦਾ ਪੁਲ ਆ ਉਹ ਵੀ ਮਤਲਬ ਪਤਾ ਨਹੀਂ ਕਿਹੜੇ ਵੇਲੇ ਥੱਲੇ ਡਿੱਗ ਜਾਵੇ। ਅਤੇ ਸਰਕਾਰ ਨੂੰ ਚਾਹੀਦਾ ਕਿ ਉਹ ਬੇਈ ਦੇ ਉੱਤੇ ਵੀ ਘੱਟ ਤੋਂ ਘੱਟ ਨਹੀਂ ਤਾਂ 5-5 ਕਿਲੋਮੀਟਰ 'ਤੇ ਪੁਲ ਜਿਹੜੇ ਆ 2-4 ਹੋਰ ਬਣਾ ਕੇ ਰੱਖਣੇ ਚਾਹੀਦੇ ਆ, ਤਾਂ ਕਿ ਫਿਊਚਰ ਵਿੱਚ ਸਾਡੇ ਜਿਹੜੇ ਟ੍ਰੈਫਿਕ ਨੂੰ ਘੱਟ ਕਰ ਸਕਣ, ਕਿਉਂਕਿ ਸਾਰੇ ਲੋਕਾਂ ਨੂੰ ਇੱਕੋ ਹੀ ਪੁਲ ਦੇ ਉੱਪਰ ਆਉਣਾ ਪੈਂਦਾ ਹੈ, ਉਹ ਸਾਰੇ ਇੱਕੋ ਹੀ ਜਗ੍ਹਾ ਆ ਕੇ ਇਕੱਠੇ ਹੋ ਜਾਂਦੇ ਆ। ਸੋ ਮੈਂ ਮਤਲਬ ਮੇਰਾ ਜਿਹੜਾ ਐਸਟੀਮੇਸ਼ਨ ਆ ਪੰਜਾਬ ਦੇ ਵਿੱਚ ਜ਼ਿਲ੍ਹਾ ਜਲੰਧਰ 'ਚ ਲਗਭਗ 10 ਪੁਲ ਜਿਹੜੇ ਆ ਨਵੇਂ ਬਣਾਉਣ ਦੀ ਜ਼ਰੂਰਤ ਆ। ਉਹਦੇ ਨਾਲ ਜਿੰਨੇ ਵੀ ਸਾਡੇ ਦੇਸ਼ ਦੇ ਆਪਣੇ ਸ਼ਹਿਰ ਦੀਆਂ ਟ੍ਰੈਫਿਕਾਂ ਉਹ ਅਲੱਗ ਅਲੱਗ ਹਿੱਸਿਆਂ ਵਿੱਚ ਡਿਵਾਈਡ ਹੋ ਜਾਣਗੀਆਂ, ਅਤੇ ਜਦ ਤੱਕ ਇਹ ਚੀਜ਼ਾਂ ਉਹ ਨਹੀਂ ਬਣਾਏ ਗਈ ਉਦੋਂ ਤੱਕ ਉਹ ਸਾਰੇ ਇੱਕ ਥਾਂ ਇਕੱਠੇ ਹੋ ਜਾਣਗੇ। ਤੁਸੀਂ ਵਿਦੇਸ਼ਾਂ ਵਿੱਚ ਵੀ ਰਹੇ ਆ, ਇਹ ਹੁਣ ਇੱਥੇ ਦੇ ਪੰਜਾਬ ਦੇ ਜਿਹੜੇ ਵਿਦਿਆਰਥੀ ਆ ਉਹ ਬਾਹਰ ਜਾਣਾ ਬਹੁਤ ਪਸੰਦ ਕਰ ਰਹੇ ਆ, ਵੀ ਉੱਥੇ ਦੀ ਪੜ੍ਹਾਈ ਅਤੇ ਉੱਥੇ ਦੀ ਪੜ੍ਹਾਈ ਦੇ ਵਿੱਚ ਕੀ ਅੰਤਰ ਆ? ਸਾਡੇ ਔਰ ਬਾਹਰਲੇ ਦੇਸ਼ ਦੀ ਪੜ੍ਹਾਈ ਵਿੱਚ ਵੈਸੇ ਬਹੁਤ ਜ਼ਿਆਦਾ ਅੰਤਰ ਹੈ। ਉੱਧਰ ਸਭ ਚੀਜ਼ਾਂ ਬੱਚੇ ਨੂੰ 1ਵੀਂ ਕਲਾਸ ਤੋਂ 10ਵੀਂ ਕਲਾਸ ਤੱਕ ਪ੍ਰੈਕਟੀਕਲ ਕਰਾਈਆਂ ਜਾਂਦੀਆਂ, ਪੜ੍ਹਾਈ ਦੇ ਨਾਲ ਨਾਲ ਪ੍ਰੈਕਟੀਕਲ ਵੀ ਕਰਾਈਆਂ ਜਾਂਦੀਆਂ ਨੇ। ਔਰ ਸਾਡੇ ਦੇਸ਼ ਵਿੱਚ ਸਿਰਫ ਅਸੀਂ ਕਿਤਾਬੀ ਪੜ੍ਹਾਈ ਕਰਦੇ ਹਾਂ। ਉੱਧਰ ਬਾਹਰ ਕੀ ਹੈ ਕਿ ਛੋਟਾ ਬੱਚਾ ਉਹਨੂੰ ਪਹਿਲਾਂ ਸਿਖਾਇਆ ਜਾਂਦਾ ਕਿੱਦਾਂ ਚੱਲਣਾ ਫਿਰਨਾ ਤੁਰਨਾ, ਆਪਣੇ ਰੋਡ 'ਤੇ ਕਿੱਦਾਂ ਜਾਣਾ ਹੈ। ਅਤੇ ਜਦੋਂ ਥੋੜ੍ਹਾ ਜਿਹਾ ਵੱਡਾ ਹੁੰਦਾ ਹੈ ਫਿਰ ਉਹਨਾਂ ਨੂੰ ਪਾਰਟ ਟਾਈਮ ਦੇ ਵਿੱਚ 2-2, 4-4 ਘੰਟੇ ਲਈ ਵੱਡੇ ਸਟੋਰਾਂ ਵਿੱਚ ਕੰਮ 'ਤੇ ਭੇਜਿਆ ਜਾਂਦਾ ਹੈ, ਇੰਡਸਟਰੀਆਂ ਵਿੱਚ ਭੇਜਿਆ ਜਾਂਦਾ ਹੈ, ਐਗਰੀਕਲਚਰ ਵਿੱਚ ਭੇਜਿਆ ਜਾਂਦਾ, ਤਾਂ ਕਿ ਛੋਟਾ ਬੱਚਾ ਜਿਹੜੇ ਸਾਰੀਆਂ ਚੀਜ਼ਾਂ ਨੂੰ ਸ਼ੁਰੂ ਤੋਂ ਸਿੱਖ ਸਕੇ। ਫਿਰ ਉਹਨੂੰ ਮਤਲਬ ਜਦੋਂ 18 ਸਾਲ ਦਾ ਹੋ ਜਾਂਦਾ ਹੈ ਫਿਰ ਉਹਦੀ ਜਿਹੜੀ ਵੋਟ ਆ ਉੱਥੇ ਤੱਕ ਵੋਟ ਪਾਉਣ ਤੱਕ ਉਹਨੂੰ ਸਾਰੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਔਰ ਵੋਟ ਵੀ ਉਹਦੀ ਪਹਿਲੀ ਪੁਆਈ ਜਾਂਦੀ ਹੈ। ਜੇਕਰ ਉੱਥੇ ਬੱਚੇ ਵੋਟ ਨਹੀਂ ਪਾਉਂਦੇ ਉਹਨਾਂ ਨੂੰ ਉੱਥੇ 250 ਮਤਲਬ ਯੂਰੋ ਜੁਰਮਾਨਾ ਹੈ। ਸਾਡੇ ਬੈਲਜੀਅਮ ਦੇ ਵਿੱਚ ਮੈਂ ਰਿਹਾ, ਉੱਥੇ ਜੁਰਮਾਨਾ ਆ ਕਿ ਤੁਸੀਂ ਅਗਰ ਵੋਟ ਨਹੀਂ ਪਾਏ ਤਾਂ ਤੁਹਾਨੂੰ ਜੁਰਮਾਨਾ ਪੇ ਕਰਨਾ ਪਵੇਗਾ। ਉਹਦੇ ਨਾਲ ਕੀ ਆ ਕਿ ਬੱਚੇ ਦੇ ਅੰਦਰ ਆਪਣੇ ਦੇਸ਼ ਬਾਰੇ ਜਾਂ ਆਪਣੇ ਦੇਸ਼ ਦੇ ਲੀਡਰਾਂ ਬਾਰੇ ਵੀ ਗਿਆਨ ਪੈਦਾ ਹੋ ਜਾਂਦਾ ਹੈ ਕਿ ਮੈਂ ਜਿਸ ਬੰਦੇ ਨੂੰ ਵੋਟ ਦਿੱਤੀ ਹੈ ਕਿ ਉਸਨੇ ਆਪਣੇ ਦੇਸ਼ ਬਾਰੇ ਕੁਛ ਕੀਤਾ ਹੈ। ਅੱਜ ਮੈਂ ਆਪਣੇ ਜਿੰਨੇ ਵੀ ਮਤਲਬ ਪਿੱਛੇ ਨੂੰ ਜਾਂ ਚੱਲ ਜਾਓ, ਜਿੰਨੇ ਵੀ ਮਹਾਤਮਾ ਗਾਂਧੀ ਜੀ ਹੋਏ ਬਾਹਰ ਪੜ੍ਹ ਕੇ ਆਏ ਆ, ਡਾਕਟਰ ਅੰਬੇਦਕਰ ਜੀ ਬਾਹਰ ਪੜ੍ਹ ਕੇ ਆਏ ਆ, ਹੋਰ ਬੜੇ ਬੜੇ ਜਿਤਨੇ ਵੀ ਅਮੀਰ ਲੋਕ ਉਹਨਾਂ ਦੇ ਬੱਚੇ ਬਾਹਰ ਪੜ੍ਹਨ ਜਾਂਦੇ। ਹੁਣ ਤਾਂ ਵੈਸੇ ਗਰੀਬ ਲੋਕ ਵੀ ਟਰਾਈ ਕਰਦੇ ਆ ਕਿ ਬਾਹਰ ਹੀ ਪੜ੍ਹਨ ਜਾਣ, ਕਿਉਂਕਿ ਬਾਹਰਲੀ ਐਜੂਕੇਸ਼ਨ ਸਾਡੇ ਨਾਲੋਂ ਪ੍ਰੈਕਟੀਕਲੀ ਜ਼ਿਆਦਾ ਹੈ। ਸੋ ਇਸ ਕਰਕੇ ਜ਼ਿਆਦਾ ਮਤਲਬ ਲੋਕ ਬਾਹਰ ਨੂੰ ਪ੍ਰੈਫਰ ਕਰਦੇ ਆ। ਇੱਥੇ ਦੀ ਦੇਖੋ ਪੜ੍ਹਿਆ ਬੱਚਾ ਭਾਵਾਂ BA MA ਭਾਵਾਂ MSc ਕਰ ਲਵੇ ਫਿਰ ਵੀ ਉਹਨੂੰ ਬਾਹਰ ਵਾਲੇ ਕਹਿੰਦੇ ਕਿ ਤੂੰ 6 ਮਹੀਨੇ ਜਾਂ 3 ਮਹੀਨੇ ਦਾ ਆਈਲੈਟਸ ਦਾ ਕੋਰਸ ਕਰ, ਉਹਦਾ ਪਹਿਲਾਂ ਪੇਪਰ ਲਿਆ ਫਿਰ ਤੈਨੂੰ ਵੀਜ਼ਾ ਦੇਵਾਂਗੇ। ਇਹਦਾ ਮਤਲਬ ਇਹ ਹੈ ਕਿ ਅਸੀਂ ਇੰਗਲਿਸ਼ ਵੀ ਸਿੱਖ ਨਹੀਂ ਸਕਦੇ, ਸਾਡੇ ਦੇਸ਼ ਦੀ ਇੰਗਲਿਸ਼ ਨੂੰ ਇੰਨਾ ਕਮਜ਼ੋਰ ਸਮਝਿਆ ਜਾਂਦਾ ਹੈ। ਸੋ ਮੈਂ ਚਾਹੁੰਦਾ ਹਾਂ ਕਿ ਜਿਸ ਤਰ੍ਹਾਂ ਇੱਥੇ ਸਾਡੇ ਸਕੂਲ ਦੇਸ਼ ਜਿਹੜੇ ਸਕੂਲ ਆ ਉਹਦੇ ਵਿੱਚ ਵੀ 1ਵੀਂ ਕਲਾਸ ਤੋਂ ਜਿੰਨੇ ਗੌਰਮੈਂਟ ਸਕੂਲ ਆ 1ਵੀਂ ਕਲਾਸ ਤੋਂ ਉਹਦੇ ਵਿੱਚ ਇੰਗਲਿਸ਼ ਸ਼ੁਰੂ ਕੀਤੀ ਜਾਵੇ ਔਰ ਪਹਿਲੇ 5 ਸਾਲ ਤੋਂ ਬਾਅਦ 6ਵੀਂ ਕਲਾਸ ਦੇ ਵਿੱਚ ਜਾ ਕੇ ਫਿਰ ਉਹਨੂੰ 3 ਲੈਂਗੁਏਜ ਜਿਹੜੀਆਂ ਫੋਰਨ ਦੀਆਂ ਸਿਖਾਈਆਂ ਜਾਣ, ਜਿਸ ਤਰ੍ਹਾਂ ਇੱਕ ਅਰਾਬਿਕ ਸਿਖਾ ਦਿਓ,
ਜਿੱਦਾਂ ਸਾਡੇ ਲੋਕ ਬਹੁਤ ਜ਼ਿਆਦਾ ਅਰਬ ਕੰਟਰੀਆਂ ਵਿੱਚ ਸਾਊਦੀ ਅਰਬ ਡੁਬਈ ਜਾਂਦੇ ਨੇ ਕੰਮ ਕਰਦੇ ਨੇ, ਅਗਰ ਉਹਨਾਂ ਨੂੰ ਇੱਥੋਂ ਅਰਬੀ ਆਉਂਦੀ ਹੈ ਉੱਥੇ ਜਾ ਕੇ ਬੜੇ ਆਰਾਮ ਨਾਲ ਕੰਮ ਕਰ ਸਕਦੇ ਨੇ। ਦੂਸਰੀ ਕੋਈ ਲੈਂਗੁਏਜ ਰੱਖ ਲਓ, ਜਰਮਨ ਰੱਖ ਲਓ, ਫਰੈਂਚ ਰੱਖ ਲਓ, ਜਦੋਂ ਸਾਡੇ ਬੱਚੇ ਉੱਧਰ ਫਰੈਂਚ ਵਿੱਚ ਜਾਂ ਫਰਾਂਸ ਜਾਣਗੇ ਜਾਂ ਜਰਮਨ ਜਾਣਗੇ ਨੌਕਰੀ ਕਰਨ ਲਈ ਜਾਣਗੇ ਜਾਂ ਕਿਸੇ ਵੀ ਚੀਜ਼ ਵਿੱਚ ਜਾਣਗੇ, ਅਗਰ ਉਹਨਾਂ ਨੂੰ ਇੱਥੇ ਥੋੜ੍ਹੀ ਬਹੁਤ ਲੈਂਗੁਏਜ ਆਉਂਦੀ ਆ, ਉੱਥੇ ਜਾ ਕੇ ਉਹਨਾਂ ਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਮੋਸਟਲੀ ਜਿਹੜੇ ਗਰੀਬ ਲੋਕ ਆ ਉਹ ਹੈਗੇ ਆ, ਜ਼ਿਆਦਾਤਰ ਕੰਮ ਕਰਦੇ ਹੈਗੇ ਆ ਆਪਣੇ ਲੇਬਰ ਦਾ, ਉਹਨਾਂ ਨੂੰ ਇਹਨਾਂ ਸਮੱਸਿਆਵਾਂ ਦਾ ਬਹੁਤ ਹੱਲ ਸਾਹਮਣਾ ਕਰਨਾ ਪੈਂਦਾ ਹੈ। ਅਤੇ ਮੇਰੀ ਮਤਲਬ ਸਰਕਾਰ ਦੇ ਅੱਗੇ ਇਹ ਕੋਸ਼ਿਸ਼ ਨਹੀਂ, ਬਲਕਿ ਮੈਂ ਰਿਐਲਿਟੀ ਵਿੱਚ ਸਰਕਾਰ ਨੂੰ ਪ੍ਰੈਸ ਕਰਕੇ ਲਿਆਉਣਾ ਚਾਹੁੰਦਾ ਕਿ ਸਾਡੇ ਦੇਸ਼ ਦੀ ਅਗਰ ਉਹ ਤਰੱਕੀ ਚਾਹੁੰਦੇ ਆ ਤਾਂ ਉਹਨਾਂ ਨੂੰ ਕੁਛ ਚੀਜ਼ਾਂ ਜਿਹੜੀਆਂ ਆ ਉਹ ਕਰਨੀਆਂ ਪੈਣਗੀਆਂ, ਔਰ ਮੈਂ ਉਹਨਾਂ ਦੇ ਅੱਗੇ ਉਹ ਸਾਰੀਆਂ ਚੀਜ਼ਾਂ ਰੱਖਣ ਨੂੰ ਤਿਆਰ ਬੈਠਾ। ਇਹ ਸਨ ਆਜ਼ਾਦ ਉਮੀਦਵਾਰ ਸੁਖਦੀਪ ਸਿੰਘ ਜੀ, ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੁਹਾਡੀ ਟੀਮ ਦਾ ਜੀ ਬਹੁਤ ਬਹੁਤ ਧੰਨਵਾਦ ਜੋ ਅੱਜ ਤੁਸੀਂ ਵਕਤ ਕੱਢਿਆ। ਸਹਿਜ ਨਿਊਜ਼ ਤੋਂ ਕੈਮਰਾਮੈਨ ਹਰਜੀਤ ਸਿੰਘ ਦੇ ਨਾਲ ਸਤਵਿੰਦਰ ਜੰਡੂ ਦੀ ਖਾਸ ਰਿਪੋਰਟ।